Sat Sri Akal to all of you. I feel a very great pleasure to having a principal of Akal Galaxy Convent School, Siddhapur Lohia Khas. Now we are going to launch, we are already launched last year, this school with having a wonderful strength of 500 students in this. Akal Galaxy Convent School, a very good walk for the principal, for the students, for the parents. That's having a 4 acres and having 4 acre land with a wonderful fully AC building, with fully microwaves in the class, fully hygienic atmosphere. We also have a very good indoor and outdoor games. We have also the science lab for the 6-7 student, whether we can see that no other school can provide for the 6-7 student this type of lab, but we are providing this type of lab. I hope that you also always, all the parents give one chance to the school that they can bride if they want to bride their children's future. Thank you, thanks a lot. Main Sukhdev Singh Judge, Managing Director, Akal Galaxy Convent School, Lohia Khas. ਇਹ ਸਕੂਲ ਅਕਾਲ ਅਕੈਡਮੀ ਇੰਟਰਨੈਸ਼ਨਲ ਸੁਸਾਇਟੀ ਜਿਸ ਦੇ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਨੇ ਉਹਨਾਂ ਦੀ ਰਹਿਨਮਾਈ ਹੇਠ ਖੋਲ੍ਹਿਆ ਗਿਆ ਹੈ ਪੜ੍ਹਾਈ ਦੇ ਨਾਲ ਨਾਲ ਜਿਹੜੀ ਹੈ ਉਹ ਸਾਡੀ ਸੁਸਾਇਟੀ ਦੀ ਇਹ ਕੋਸ਼ਿਸ਼ ਹੋਵੇਗੀ ਕਿ ਅਸੀਂ ਬੱਚਿਆਂ ਨੂੰ ਧਾਰਮਿਕ ਕਲਾਸਾਂ ਬੱਚਿਆਂ ਨੂੰ ਮਿਊਜ਼ਿਕ ਕਲਾਸਾਂ ਬੱਚਿਆਂ ਨੂੰ ਰਿਲੀਜਨ ਕਲਾਸਿਸ ਜਿਹੜੀਆਂ ਉਹ ਸਾਰੀਆਂ ਦਿੱਤੀਆਂ ਜਾਣਗੀਆਂ ਸਟਾਫ ਦੀ ਗੱਲ ਕਰੀਏ ਤਾਂ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹੇਗੀ ਕਿ ਸਾਡਾ ਸਟਾਫ ਅਗਰ ਸਾਨੂੰ ਇੱਥੋਂ ਅਵੇਲੇਬਲ ਨਹੀਂ ਹੈ ਤਾਂ ਹੁਣ ਵੀ ਸਾਡਾ ਸਟਾਫ ਜਿਹੜਾ ਉਹ ਕਪੂਰਥਲਾ ਜਾਂ ਜਲੰਧਰ ਤੋਂ ਸਪੈਸ਼ਲ ਜਿਹੜੀ ਸਟਾਫ ਵਾਸਤੇ ਬੱਸ ਲੱਗੀ ਆ ਜਿਹੜਾ ਉਹ ਸਟਾਫ ਨੂੰ ਲੈ ਕੇ ਆਉਂਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਵਧੀਆ ਤੋਂ ਵਧੀਆ ਜਿਹੜਾ ਉਹ ਸਟਾਫ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਬੱਚੇ ਮੈਂਟਲੀ ਪ੍ਰਪੇਅਰ ਹੋਣ ਕਿ ਅਸੀਂ ਜਿਹੜੇ ਕੰਪੀਟੀਸ਼ਨ ਐਗਜ਼ਾਮ ਹੈ ਉਹਨਾਂ ਨੂੰ ਅਸੀਂ ਕੰਪਲੀਟ ਕਰਨਾ ਸੋ ਮੈਂ ਸਾਰੇ ਮਾਪਿਆਂ ਨੂੰ ਇਹ ਰਿਕੁਐਸਟ ਕਰਾਂਗਾ ਕਿ ਉਹ ਸਕੂਲ ਇੱਕ ਵਾਰ ਵਿਜ਼ਿਟ ਕਰਨ ਅਤੇ ਸਕੂਲ ਨੂੰ ਸਕੂਲ ਦਾ ਕੈਂਪਸ ਦੇਖਣ ਸਕੂਲ ਦੇ ਕੰਮਕਾਜ ਨੂੰ ਦੇਖਣ ਅਤੇ ਆਪਣੇ ਬੱਚਿਆਂ ਨੂੰ ਕਿਸੇ ਵੀ ਸਕੂਲ ਵਿੱਚ ਦਾਖਲਾ ਕਰਵਾਉਣ ਤੋਂ ਪਹਿਲਾਂ ਉਹ ਯਕੀਨੀ ਬਣਾਉਣ ਕਿ ਜਿਨ੍ਹਾਂ ਹੱਥਾਂ ਦੇ ਵਿੱਚ ਉਹ ਆਪਣੇ ਬੱਚੇ ਨੂੰ ਦੇਣ ਜਾ ਰਹੇ ਆ ਕਿ ਉਹਨਾਂ ਦੇ ਬੱਚੇ ਦਾ ਜਿਹੜਾ ਭਵਿੱਖ ਹੈ ਉਹ ਸੁਰੱਖਿਅਤ ਹੈ ਜਾਂ ਨਹੀਂ ਥੈਂਕ ਯੂ